ਨਾਮ ਗੁਰਪ੍ਰੀਤ ਕੌਰ ਹੈ ਅਤੇ ਮੈਂ ਰਾਜਪੁਰੇ ਦੀ ਰਹਿਣ ਵਾਲੀ ਹਾਂ। ਮੈਂ ਜੋਗਿੰਦਰਾ ਟਰੱਸਟ ਵੱਲੋਂ ਕੈਂਪ ਲਗਾਇਆ ਗਿਆ ਸੀ ਗੋਬਿੰਦਗੜ੍ਹ 'ਚ, ਉੱਥੇ ਮੇਰੀ ਪੱਥਰੀ ਦੀ ਪ੍ਰੋਬਲਮ ਆਈ ਹੈ ਅਤੇ ਮੈਂ ਹੁਣ ਰਾਣਾ ਹੋਸਪਿਟਲ 'ਚ ਆ ਕੇ ਆਪਣਾ ਫ੍ਰੀ ਆਪਰੇਸ਼ਨ ਕਰਵਾਇਆ ਅਤੇ ਹੁਣ ਮੈਂ ਬਿਲਕੁਲ ਠੀਕ ਹੈ, ਮੈਂ ਆਪਣੇ ਘਰ ਜਾ ਰਹੀ ਹਾਂ ਅਤੇ ਮੈਂ ਰਾਣਾ ਹੋਸਪਿਟਲ ਦਾ ਅਤੇ ਜੋਗਿੰਦਰਾ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਜਗਦੀਸ਼ ਸਿੰਘ, ਮੈਂ ਬਲਾੜੇ ਦਾ ਰਹਿਣ ਵਾਲਾ ਹਾਂ। ਮੇਰੇ ਪਿਤਾ ਜੀ ਦਾ ਉੱਥੇ ਜੋਗਿੰਦਰਾ ਕੈਂਪ ਦੇ ਵਿੱਚ ਗੋਬਿੰਦਗੜ੍ਹ ਹੋਇਆ ਸੀਗਾ, ਚੈੱਕਅਪ ਹੋਇਆ ਸੀਗਾ, ਜੋ ਮੇਰੇ ਪਿਤਾ ਜੀ ਦਾ ਉਰੇ ਰਾਣਾ ਹਸਪਤਾਲ ਸਰਹੰਦ ਵਿਖੇ ਚੈੱਕਅਪ ਹੋਇਆ, ਓਪਰੇਸ਼ਨ ਹੋਇਆ ਹੈ ਜੀ। ਮੈਂ ਮੇਰੇ ਪਿਤਾ ਜੀ ਦਾ ਬਹੁਤ ਵਧੀਆ ਹੋਇਆ ਹੈ, ਓਪਰੇਸ਼ਨ ਠੀਕ ਠਾਕ ਸਕਸੈਸਫੁੱਲ ਹੋ ਗਿਆ ਹੈ, ਜੋ ਅਸੀਂ ਹੁਣ ਠੀਕ ਠਾਕ ਹਾਂ, ਅਸੀਂ ਘਰ ਨੂੰ ਜਾ ਰਹੇ। ਠੀਕ, ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਗੋਬਿੰਦਗੜ੍ਹ ਦੀ ਰਹਿਣ ਵਾਲੀ ਹੂੰ ਜੀ, ਮੰਡੀ ਗੋਬਿੰਦਗੜ੍ਹ ਦੀ। ਮੇਰਾ ਚੈੱਕਅਪ ਹੋਇਆ ਜੋਗਿੰਦਰਾ ਉਹਦੇ ਵਿੱਚ ਕੈਂਪ ਵਿੱਚ, ਮੇਰੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਵਧੀਆ ਠੀਕ ਠਾਕ ਹੋਇਆ ਅਤੇ ਮੈਂ ਰਾਣਾ ਹੋਸਪਿਟਲ ਅਤੇ ਮੈਂ ਜੋਗਿੰਦਰਾ ਕੈਂਪ ਵਾਲਿਆਂ ਦਾ ਬਹੁਤ ਧੰਨਵਾਦ ਕਰਦੀ ਹੂੰ ਜੀ, ਹੁਣ ਮੈਂ ਠੀਕ ਠਾਕ ਹਾਂ। ਮੇਰਾ ਨਾਮ ਰਕੇਸ਼ ਕੁਮਾਰ ਹੈ, ਮੇਰੇ ਪਿਤਾ ਦਾ ਨਾਮ ਹਰਦਿਆ ਲਾਸ ਹੈ, ਜੋ ਨਸਰਾਲੀ ਔਰ ਮੰਡੀ ਗੋਬਿੰਦਗੜ੍ਹ ਮੈਂ ਰਹਿਤੇ ਹੈ। ਮੰਡੀ ਗੋਬਿੰਦਗੜ੍ਹ ਜੋਗਿੰਦਰਾ ਟਰੱਸਟ ਵਾਲੋ ਕਾ ਕੈਂਪ ਲਗਾ ਥਾ, ਵਹਾਂ ਸੇ ਮੇਰੇ ਪਿਤਾ ਜੀ ਗਏ, ਉਨਕੋ ਪਤਾ ਲਗਾ ਕਿ ਉਨਕੋ ਬਾਬਾ ਸਿਰ ਕੀ ਬਿਮਾਰੀ ਹੈ, ਜਹਾਂ ਉਨ੍ਹੋਨੇ ਇਲਾਜ ਕਰਾਇਆ ਤੋ ਉਨਕੋ ਰਾਣਾ ਹੋਸਪਿਟਲ ਵਹਾਂ ਓਪਰੇਸ਼ਨ ਕਰਨੇ ਕੇ ਲਿਏ ਭੇਜਾ, ਜੋ ਉਨਕਾ ਆਜ ਰਾਣਾ ਹੋਸਪਿਟਲ ਮੇਂ ਓਪਰੇਸ਼ਨ ਸਕਸੈਸ ਹੋ ਗਿਆ ਔਰ ਵੋ ਵੀ ਮੁਫਤ ਮੇਂ ਹੁਆ ਹੈ। ਮੈਂ ਉਨਕਾ ਜੋਗਿੰਦਰਾ ਵੈਲਫੇਅਰ ਟਰੱਸਟ ਕਾ ਔਰ ਰਾਣਾ ਹੋਸਪਿਟਲ ਕਾ ਬਹੁਤ ਧੰਨਵਾਦ ਕਰਤਾ ਹੂੰ। ਮੇਰਾ ਨਾਮ ਅਮਰੀਕ ਸਿੰਘ ਹੈ, ਮੈਂ ਮੰਡੀ ਗੋਬਿੰਦਗੜ੍ਹ ਜੋਗਿੰਦਰਾ ਕੈਂਪ 'ਤੇ ਉੱਥੇ ਚੈੱਕਅਪ ਹੋਇਆ ਸੀ ਅਤੇ ਮੇਰੇ ਬਵਾਸੀਰ ਦਾ ਆਪਰੇਸ਼ਨ ਰਾਣਾ ਹਸਪਤਾਲ ਸਰਹੰਦ ਵਿੱਚ ਹੋਇਆ। ਮੈਂ ਬਿਲਕੁਲ ਠੀਕ ਠਾਕ ਘਰ ਜਾ ਰਹਾ ਹਾਂ ਅਤੇ ਮੈਂ ਰਾਣਾ ਹਸਪਤਾਲ ਅਤੇ ਜੋਗਿੰਦਰਾ ਕੈਂਪ ਦਾ ਬੜਾ ਧੰਨਵਾਦੀ ਹਾਂ।